ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਲੋਕਾਂ ਤੋਂ ਡਰਨ ਸੁਖਬੀਰ ਜੀ, ਪੰਜਾਬ ਦੇ ਲੋਕਾਂ ਦੇ ਗੁੱਸੇ ਤੋਂ ਡਰਨ। ਵਾਹਿਗੁਰੂ ਦਾ ਜਿਹੜਾ ਆ ਜਦੋਂ ਚੱਲੀ ਨਾ ਡਾਂਗ ਵਾਹਿਗੁਰੂ ਵਾਲੀ, ਜਿਹਨਾਂ ਜਿਹਨਾਂ ਨੇ ਪੰਥ ਦੇ ਨਾਲ ਗੱਦਾਰੀ ਕੀਤੀ ਹੈ, ਜਿਹਨਾਂ ਨੇ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ, ਜਿਹੜੇ ਜਨਰਲ ਡਾਇਰ ਹੈ ਉਹ ਡਰ ਕੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ ਤੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਤੋਂ ਆਪਣੀ ਨਾਮਜ਼ਦਗੀ ਭਰੀ। ਜਿਸ ਵੇਲੇ ਇਹ ਨਾਮਜ਼ਦਗੀ ਭਰੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਵੀ ਇਹਨਾਂ ਦੇ ਨਾਲ ਸਨ, ਪਰ ਨਾਮਜ਼ਦਗੀ ਭਰਨ ਤੋਂ ਬਾਅਦ ਆਖਿਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਉਂ ਕਿਹਾ ਕਿ ਸੁਨੀਲ ਜਾਖੜ ਨੂੰ ਤਾਂ ਮੈਂ ਸੂਤ ਕਰਾਂਗਾ? ਵੈਲ, ਇਹ ਤੁਹਾਨੂੰ ਬਾਅਦ ਚ ਸੁਣਾਉਂਦੇ ਹਾਂ। ਆਓ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕਿ ਆਖਿਰ ਸੁਨੀਲ ਜਾਖੜ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕੀ ਕੁਝ ਕਿਹਾ ਅਤੇ ਕਿੱਦਾਂ ਵਿਰੋਧੀਆਂ ਨੂੰ ਲਿਆ ਨਿਸ਼ਾਨੇ ਤੇ। ਅਮਰਿੰਦਰ ਸਾਹਿਬ ਅੱਜ ਆ ਕੇ ਮੱਥਾ ਟੇਕ ਕੇ ਰੰਗਲਾ ਪੰਜਾਬ ਹੈ ਉਹਦੀ ਖੁਸ਼ਹਾਲ ਬਣਾਉਣ ਵਾਸਤੇ ਸਾਡਾ ਸੂਬਾ ਸਾਡਾ ਮੁਲਕ ਤਰੱਕੀ ਕਰੇ, ਉਸ ਖੁਸ਼ਹਾਲੀ ਤੇ ਤਰੱਕੀ ਸਾਡੇ ਸੂਬੇ ਪੰਜਾਬ ਤੇ ਸਾਡੇ ਮੁਲਕ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਬਤੌਰ ਗੁਰਦਾਸਪੁਰ ਦੀ ਆਵਾਜ਼ ਬਣ ਕੇ ਸੱਚੇ ਮਨ ਤੋਂ ਆਪਣੀ ਆਵਾਜ਼ ਰੱਖ ਸਕੀਏ। ਪੰਜਾਬ ਦੇ ਬਣਦੇ ਹੱਕ, ਪੰਜਾਬ ਦੇ ਕਿਸਾਨਾਂ ਦੇ, ਪੰਜਾਬ ਦੇ ਜਵਾਨਾਂ ਦੇ, ਪੰਜਾਬ ਦੇ ਸਾਡੇ ਸਾਰੇ ਭਾਈਚਾਰੇ ਦੇ, ਮਜ਼ਦੂਰ ਕਿਸਾਨ ਵਪਾਰੀ ਹਰੇਕ ਵਰਗ ਵਾਸਤੇ, ਪੰਜਾਬ ਦੀ ਖੁਸ਼ਹਾਲੀ ਵਾਸਤੇ ਅੱਜ ਵਾਹਿਗੁਰੂ ਤੋਂ ਅਰਦਾਸ ਕਰਕੇ ਆਏ, ਉਹਨਾਂ ਦਾ ਆਸ਼ੀਰਵਾਦ ਲੈ ਕੇ ਆਏ ਹਾਂ ਅਤੇ ਮੈਨੂੰ ਉਮੀਦ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਸੱਚੇ ਦਿਲੋਂ ਪੰਜਾਬ ਦੀ ਸੇਵਾ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਸਕਾਂਗੇ। ਸੁਖਬੀਰ ਜੀ ਕਹਿੰਦੇ ਜੀ ਕੈਪਟਨ ਸਾਹਿਬ ਨੇ ਝੂਠ ਮਾਰਿਆ ਜੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ, ਝੂਠ ਬੋਲਦਾ ਕੈਪਟਨ ਅਮਰਿੰਦਰ ਸਿੰਘ ਜੀ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਗੱਲ ਕਹੀ ਹੈ, ਪੱਥਰ ਦੀ ਲਕੀਰ ਹੁੰਦੀ ਹੈ ਉਹਨਾਂ ਦੀ, ਹਰ ਗੱਲ ਤੇ ਫੁੱਲ ਚੜਾਏ ਹੈ। ਅੱਜ ਜਿਹੜੇ ਹੈ ਭਾਈਵਾਲ ਹੈ ਬੀਜੇਪੀ ਦੇ, ਸਾਡੇ ਇੱਥੇ ਪੰਜਾਬ ਦੀ ਅਕਾਲੀ ਪਾਰਟੀ, ਉਹਨਾਂ ਨੇ ਮੋਦੀ ਸਾਹਿਬ ਦੇ ਡਰ ਤੋਂ ਦਿੱਲੀ ਦੇ ਹੁਕਮਰਾਨਾਂ ਦੇ ਅੱਗੇ ਮੋਦੀ ਸਾਹਿਬ ਦੇ ਸਾਹਮਣੇ ਗੋਡੇ ਟੇਕ ਰੱਖੇ ਹੈ। ਜਿਸ ਪਾਵਨ ਗੁਰੂ ਘਰ ਸਾਹਿਬ 'ਚ ਖੜ੍ਹੇ ਹਾਂ, ਉਸ ਹਰਿਮੰਦਰ ਸਾਹਿਬ ਦੇ ਲੰਗਰ ਦੇ ਉੱਤੇ GST ਜਦੋਂ ਲੱਗੀ, ਆਹ ਜਿਹੜੇ ਪੰਥ ਦੇ ਰਖਵਾਲੇ ਸੀਗੇ, ਆਹ ਜਿਹੜੇ ਅਕਾਲੀ ਦਲ ਅਤੇ ਆਹ ਸੁਖਬੀਰ ਜੀ ਜਿਹੜੇ ਪ੍ਰਧਾਨ ਹੈ, ਇਹਨਾਂ ਨੇ ਆਵਾਜ਼ ਨਹੀਂ ਕੱਢੀ। ਅੱਜ ਇੱਥੇ ਆ ਕੇ ਗੁਰੂ ਘਰ 'ਚ ਇਸ ਕਿਸਮ ਦੀਆਂ ਗੱਲਾਂ ਕਰਦੇ ਹੈ, ਆ ਨਿਰਾ ਇਹਨਾਂ ਦਾ ਅਹੰਕਾਰ ਹੈ। ਅਤੇ ਜਿਸ ਤਰ੍ਹਾਂ ਕਹਿੰਦੇ ਹੈ ਅਹੰਕਾਰਿਆ ਸੋ ਮਾਰਿਆ, ਗੁਰੂ ਦੀ ਮਾਰ ਜਿਹੜੀ ਪਊਗੀ ਇਸ ਅਹੰਕਾਰ ਨੂੰ, ਲੋਕਾਂ ਦੇ ਪੰਜਾਬ ਨੇ ਭੰਨਤਾ, ਅਤੇ ਜੇ ਬਾਕੀ ਕਿਤੇ ਕੋਈ ਜਿਸ ਤਰ੍ਹਾਂ ਰੱਸੀ ਬਲ ਗਈ ਹੈ ਤੇ ਉਹਦੇ ਵੱਟ ਨਹੀਂ ਗਏ, ਅਜੇ ਵੱਟ ਵੀ ਨਿਕਲ ਜਾਣਗੇ। ਦੇਖੋ ਮੈਂ ਕਹਿੰਦਾ ਵੀ ਇੱਥੇ ਤਾਂ ਜਿਹੜੀ ਰੱਸੀ ਜਲ ਗਈ ਹੈ ਸੁਖਬੀਰ ਜੀ ਵਾਲੇ ਅਹੰਕਾਰ ਦੀ, ਰੱਸੀ ਜਲ ਗਈ ਹੈ, ਵੱਟ ਨਹੀਂ ਗਏ, ਉਹ ਵੱਟ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਪੰਜਾਬ ਦੇ ਲੋਕਾਂ ਦੇ ਜਦੋਂ ਹੱਥ ਲੱਗਣਗੇ ਵੱਟ ਵੀ ਨਿਕਲ ਜਾਣਗੇ। ਜਿੱਥੇ ਤਾਈਂ ਬੀਜੇਪੀ ਦਾ ਸਵਾਲ ਹੈ, ਬੀਜੇਪੀ ਦੇ ਹੁਕਮਰਾਨਾਂ ਨੇ ਹਾਰ ਮੰਨ ਲਈ ਹੈ। ਜਦੋਂ ਇੱਕ ਪਾਸੇ ਕਹਿੰਦੇ ਸੀ ਮੋਦੀ ਸਾਹਿਬ ਦੀ ਲਹਿਰ ਚੱਲ ਰਹੀ ਹੈ ਹਿੰਦੁਸਤਾਨ ਦੇ ਅੰਦਰ, ਮੋਦੀ ਸਾਹਿਬ ਦੇ ਨਾਮ ਨੂੰ ਵੋਟਾਂ ਪੈਣਗੀਆਂ, ਹੁਣ ਪਤਾ ਲੱਗਿਆ ਮੋਦੀ ਸਾਹਿਬ ਨੇ ਤਾਂ ਸਨੀ ਦਿਓਲ ਦੀ ਲੜ ਫੜ ਰੱਖੀ ਹੈ ਤੇ ਉਹਦੀ ਓਟ ਦੇ ਵਿੱਚ ਆ ਕੇ ਵੋਟਾਂ ਭਾਲ ਲਈ ਹੈ। ਸਾਨੂੰ ਸਨੀ ਦਿਓਲ
ਜਾਂ ਕੋਈ ਵੀ ਜਿਹੜਾ ਫਿਲਮੀ ਕਲਾਕਾਰ ਹੈ, ਕੋਈ ਫਿਲਮੀ ਅਭਿਨੇਤਾ ਹੈ, ਉਹਦੇ ਨਾਲ ਸਾਡਾ ਕੋਈ ਜਾਤੀ ਲੜਾਈ ਨਹੀਂ, ਕੋਈ ਰੰਜਿਸ਼ ਨਹੀਂ, ਸਾਡਾ ਮੁਕਾਬਲਾ ਵੀ ਉਹਦੇ ਨਾਲ ਨਹੀਂ। ਸਾਡਾ ਮੁਕਾਬਲਾ ਤਾਂ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਅਭਿਨੇਤਾ ਹੈ, ਜੋ ਕਿ ਇੰਨੇ ਸਾਲਾਂ ਤੋਂ ਆਪਣੇ ਆਪ ਨੂੰ 5 ਸਾਲਾਂ ਤੋਂ ਲੋਕਾਂ ਨੂੰ ਗੁੰਮਰਾਹ ਕਰਕੇ ਨੇਤਾ ਦਾ ਰੋਲ ਅਦਾ ਕਰ ਰਿਹਾ ਸੀਗਾ। ਸਾਡੀ ਲੜਾਈ ਤਾਂ ਉਸ ਉਤਲੇ ਉਸ ਨੇਤਾ ਦੇ ਨਾਲ ਹੈ, ਉਸ ਅਭਿਨੇਤਾ ਦੇ ਨਾਲ ਹੈ। ਅੱਜ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਕਿਉਂਕਿ ਪਰਸੋਂ ਮੈਨੂੰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀ ਇੱਕ ਇੰਟਰਵਿਊ ਦੇਖਣ ਦਾ ਮੌਕਾ ਮਿਲਿਆ, ਜਿਹਦੇ ਵਿੱਚ ਇੱਕ ਬੰਬਈ ਦਾ ਫਿਲਮ ਅਭਿਨੇਤਾ ਅਕਸ਼ੈ ਕੁਮਾਰ, ਇੱਕ ਦੂਜੇ ਪਤਾ ਨਹੀਂ ਲੱਗਿਆ ਮੈਨੂੰ ਉਹ ਨੇਤਾ ਹੈ ਕਿ ਅਭਿਨੇਤਾ ਹੈ, ਇੱਕ ਅਭਿਨੇਤਾ ਦੂਜੇ ਅਭਿਨੇਤਾ ਦਾ ਇੰਟਰਵਿਊ ਕਰ ਰਿਹਾ ਸੀਗਾ। ਮੈਂ ਸਮਝਦਾ ਵੀ ਇਹਨਾਂ ਨੇ ਮਿਲ ਕੇ ਬੀਜੇਪੀ ਵਾਲਿਆਂ ਨੇ ਅਤੇ ਪ੍ਰਧਾਨ ਮੰਤਰੀ ਸਾਡੇ ਮਾਨਯੋਗ ਮੋਦੀ ਸਾਹਿਬ ਨੇ ਦੇਸ਼ ਦਾ ਮਜ਼ਾਕ ਉਡਾਇਆ। ਉਹ ਕਹਿ ਰਹੇ ਸੀ ਇੱਕ ਫਿਲਮ ਅਭਿਨੇਤਾ ਆ ਕੇ ਇੰਟਰਵਿਊ ਕਰ ਰਿਹਾ ਅਤੇ ਅੰਬ ਖਾਣ ਦੀ ਗੱਲ ਕਰ ਰਹੇ ਸੀ, ਕਿਸਾਨਾਂ ਦੀ ਗੱਲ ਉੱਥੇ ਹੋ ਰਹੀ ਸੀਗੀ। ਮੈਂ ਕਹਿਣਾ ਚਾਹੁੰਦਾ ਪ੍ਰਧਾਨ ਜੀ ਮੰਤਰੀ ਸਾਹਿਬ ਨੂੰ ਕਿ ਮਾਨਯੋਗ ਮੋਦੀ ਸਾਹਿਬ, ਅਗਰ ਕਿਸਾਨ ਦੀ ਗੱਲ ਪੁੱਛਣੀ ਸੀ ਤਾਂ ਕਿਸਾਨ ਤੋਂ ਇੰਟਰਵਿਊ ਕਰਵਾਓ। ਜਿਹੜੇ ਕਿਸਾਨ ਦੇ ਪਰਿਵਾਰ ਨੇ ਆਤਮ ਹੱਤਿਆ ਕੀਤੀ ਹੈ, ਉਸ ਕਿਸਾਨ ਤੋਂ ਇੰਟਰਵਿਊ ਕਰਾ ਕੇ ਫਿਰ ਜਵਾਬ ਦਿਓ। ਮੈਂ ਕਹਿੰਦਾ ਉਸ ਨੌਜਵਾਨ ਤੋਂ ਇੰਟਰਵਿਊ ਕਰਵਾਉਣ ਜਿਹੜਾ ਬੇਰੁਜ਼ਗਾਰੀ ਦੇ ਵਿੱਚ ਭਟਕ ਰਿਹਾ, ਨੌਕਰੀਆਂ ਦੀ ਤਲਾਸ਼ ਕਰ ਰਿਹਾ। ਉਸ ਪੁਲਵਾਮਾ ਦੇ ਜਿਹੜੇ ਜਵਾਨ ਸ਼ਹੀਦ ਹੋਏ ਹੈ, ਉਹਦੇ ਪਰਿਵਾਰ, ਉਹਦੇ ਮਾਪਿਆਂ ਤੋਂ ਇੰਟਰਵਿਊ ਕਰਵਾਓ, ਉਹ ਜਵਾਬ ਮੰਗਣਗੇ। ਮਾਨਯੋਗ ਪ੍ਰਧਾਨ ਮੰਤਰੀ ਨੇ ਇੱਕ ਨੇਤਾ ਬਣਨ ਦਾ ਪ੍ਰਯਾਸ ਕੀਤਾ ਅਭਿਨੇਤਾ ਤੋਂ, ਉਸੇ ਤਰ੍ਹਾਂ ਹੀ ਹੁਣ ਇੱਕ ਹੋਰ ਅਭਿਨੇਤਾ ਨੂੰ ਇੱਥੇ ਭੇਜਿਆ ਨੇਤਾ ਦੇ ਰੂਪ ਦੇ ਵਿੱਚ। ਮੈਂ ਸਮਝਦਾ ਲੋਕਾਂ ਨੇ ਜਿਹੜੇ 5 ਸਾਲਾਂ 'ਚ ਆ ਸਾਰਾ ਦਾ ਸਾਰਾ ਜੋ ਨਾਟਕ ਹੋਇਆ ਬੀਜੇਪੀ ਨੇ ਨੇਤਾ ਬਣਨ ਦਾ ਨਾਟਕ ਕੀਤਾ, ਉਹ ਸਾਰੀਆਂ ਗੱਲਾਂ ਸਾਹਮਣੇ ਆ ਗਈ। ਸਰਕਾਰ ਹੈ, ਦੇਸ਼ ਕੋਈ ਸਟੇਜ ਹੈ ਨਹੀਂ ਜਿਹਦੇ ਉੱਤੇ ਨਾਟਕ ਕਰ ਰਹੇ ਹਾਂ। ਸਰ ਰਾਹੁਲ ਗਾਂਧੀ ਨੇ ਕਿਹਾ ਜਿਹੜੇ ਪਰਫਾਰਮੈਂਸ ਐਮ ਐਲ ਏ ਜਾਂ ਕਦੇ ਠੀਕ ਨਹੀਂ ਹੋਊਗਾ, ਟਿਕਟ ਨਹੀਂ ਦਿੱਤੀ ਤੁਹਾਡਾ ਕੀ ਹੋਊਗਾ? ਇੱਥੇ ਸੁਖਬੀਰ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਡਰ ਗਏ ਨੇ, ਹਾਰ ਦੇਖ ਰਹੇ ਨੇ, ਇਸ ਲਈ ਇਸ ਤਰ੍ਹਾਂ ਦੇ ਆਦੇਸ਼ ਤੇ ਧਮਕਾ ਵੀ ਰਹੇ ਨੇ ਜੀ ਵਰਕਰਾਂ ਨੂੰ। ਉਹਨਾਂ ਨੂੰ ਕਹੋ ਜਾ ਕੇ ਇਲੈਕਸ਼ਨ ਕਮਿਸ਼ਨ 'ਚ ਦਰਖਾਸਤ ਪਾ ਦੇਣ ਵੀ ਸਾਨੂੰ ਡਰਾਈ ਜਾਂਦੇ ਆ ਸਾਰਾ ਕੁਝ, ਆਪਣੇ ਵਰਕਰਾਂ ਨੂੰ ਧਮਕਾ ਰਹੇ ਨੇ, ਆਪਣਿਆਂ ਨੂੰ, ਲੋਕਾਂ ਤੋਂ ਡਰਨ ਸੁਖਬੀਰ ਜੀ, ਪੰਜਾਬ ਦੇ ਲੋਕਾਂ ਦੇ ਗੁੱਸੇ ਤੋਂ ਡਰਨ। ਵਾਹਿਗੁਰੂ ਦਾ ਜਿਹੜਾ ਆ ਜਦੋਂ ਚੱਲੀ ਨਾ ਡਾਂਗ ਵਾਹਿਗੁਰੂ ਵਾਲੀ, ਜਿਹਨਾਂ ਜਿਹਨਾਂ ਨੇ ਪੰਥ ਦੇ ਨਾਲ ਗੱਦਾਰੀ ਕੀਤੀ ਹੈ, ਜਿਹਨਾਂ ਨੇ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ, ਜਿਹੜੇ ਜਨਰਲ ਡਾਇਰ ਹੈ ਉਹ ਡਰ ਕੇ ਰਹਿਣ। ਜੀ ਹਾਂ ਗੁਰੂ ਪਿਆਰੇ, ਉਹ ਸੁਨੀਲ ਜਾਖੜ ਨੇ ਬਿਲਕੁਲ ਸਹੀ ਕਿਹਾ ਕਿ ਉੱਤੇ ਵਾਲੇ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ, ਤਾਂ ਹਰ ਸਿਆਸੀ ਧਿਰਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਜੋ ਵੀ ਦਾਅਵੇ ਅਤੇ ਵਾਅਦੇ ਕਰਕੇ ਉਹ ਸੱਤਾ ਦੇ ਉੱਤੇ ਕਾਬਜ਼ ਹੁੰਦੀਆਂ ਨੇ, ਜੇਕਰ ਉਹ ਦਾਅਵੇ ਅਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ, ਆਵਾਮ ਨੂੰ ਧੋਖਾ ਦਿੱਤਾ ਜਾਂਦਾ ਹੈ, ਤਾਂ ਕਿਤੇ ਨਾ ਕਿਤੇ ਉਹ ਪਰਮਾਤਮਾ ਦੀ ਲਾਠੀ ਉਹਨਾਂ ਦੇ ਉੱਤੇ ਵੀ ਪੈ ਸਕਦੀ ਹੈ। ਤੇ ਹੁਣ ਵੇਖਣਾ ਇਹ ਹੋਵੇਗਾ ਕਿ ਜੋ ਵੀ ਵਾਅਦੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਨਾਲ ਕੀਤੇ ਸਨ, ਬੇਸ਼ੱਕ ਉਹ ਕਿਸਾਨੀ ਨੂੰ ਲੈ ਕੇ ਹੋਣ, ਜਵਾਨੀ ਨੂੰ ਲੈ ਕੇ ਹੋਣ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਹੋਣ, ਜਾਂ ਨਸ਼ੇ ਨੂੰ ਲੈ ਕੇ, ਉਹਨਾਂ ਵਿੱਚੋਂ ਕਿੰਨੇ ਕੀ ਪੂਰੇ ਹੋਏ ਨੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਆਓ ਹੁਣ ਜਾਣਦੇ ਹਾਂ ਕਿ ਆਖਿਰ ਕੈਪਟਨ ਅਮਰਿੰਦਰ ਸਿੰਘ ਦੀ ਜ਼ੁਬਾਨ ਕਿਉਂ ਫਿਸਲੀ, ਆਖਿਰ ਅਜਿਹਾ ਕੀ ਸਵਾਲ ਪੁੱਛਿਆ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਪੱਤਰਕਾਰ ਨੇ, ਜਿਸ ਵਿੱਚ ਕੈਪਟਨ ਸਾਹਿਬ ਦੀ ਜ਼ੁਬਾਨ ਫਿਸਲੀ ਤੇ ਆਪਣੇ ਨਾਲ ਖੜੇ ਹੋਏ ਸੁਨੀਲ ਜਾਖੜ ਨੂੰ ਹੀ ਕਹਿ ਬੈਠੇ ਕਿ ਇਸ ਨੂੰ ਤਾਂ ਮਹਿਸੂਸ ਕਰਾਂਗਾ।
ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਵੈਲ ਜੀ ਹਾਂ, ਪੱਤਰਕਾਰ ਨੇ ਪੁੱਛਿਆ ਸੀ ਸੁਖਬੀਰ ਸਿੰਘ ਬਾਦਲ ਬਾਰੇ ਤੇ ਨਾਮ ਲੈਣਾ ਸੀ ਸੁਖਬੀਰ ਸਿੰਘ ਬਾਦਲ ਦਾ, ਪਰ ਸੁਨੀਲ ਜਾਖੜ ਦਾ ਨਾਮ ਗਲਤੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਦੇ ਵਿੱਚੋਂ ਨਿਕਲ ਗਿਆ ਤੇ ਇਹ ਪਹਿਲੀ ਵਾਰ ਨਹੀਂ ਹੈ, ਪਹਿਲਾਂ ਵੀ ਅਜਿਹਾ ਕਾਫੀ ਵਾਰ ਹੋ ਚੁੱਕਿਆ ਹੈ। ਬਹਰਹਾਲ ਹੁਣ ਵੇਖਣਾ ਇਹ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਕਿੱਥੇ ਕਿੱਥੇ ਆਪਣਾ ਹੱਥ ਸਾਫ਼ ਕਰਦੀ ਹੈ, ਕਿਹੜੀਆਂ ਕਿਹੜੀਆਂ ਸੀਟਾਂ ਕਾਂਗਰਸ ਦੇ ਖਾਤੇ ਦੇ ਵਿੱਚ ਜਾਂਦੀਆਂ ਨੇ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਖਾਤੇ 'ਚ ਕਿਹੜੀਆਂ ਸੀਟਾਂ ਜਾਂਦੀਆਂ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕੁਝ ਕਰ ਪਾਉਂਦਾ ਹੈ ਜਾਂ ਨਹੀਂ ਕਰ ਪਾਉਂਦਾ। ਬੀਜੇਪੀ ਦੇ ਉਮੀਦਵਾਰ ਸਨੀ ਦਿਓਲ ਦੇ 2.5 ਕਿਲੋ ਤੋਂ ਭਾਰਾ ਹੱਥ ਸੁਨੀਲ ਜਾਖੜ ਦੱਸ ਰਹੇ ਨੇ ਕਾਂਗਰਸ ਦਾ। ਹੁਣ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਗੁਰਦਾਸਪੁਰ ਤੋਂ ਕਿਹੜੀ ਸਿਆਸੀ ਧਿਰ ਬਾਜ਼ੀ ਮਾਰ ਕੇ ਜਾਂਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਸਿਆਸੀ ਧਿਰ ਗੁਰਦਾਸਪੁਰ ਤੋਂ ਬਾਜ਼ੀ ਮਾਰ ਸਕਦੀ ਹੈ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ। ਸੁਨੀਲ ਜਾਖੜ ਦੀ ਮੁਰੰਮਤ ਮੈਂ ਕਰੂੰਗਾ ਨਾ। ਬਹਿ ਗਿਆ ਪਾਣੀ ਉਹਦਾ।